ਅਮੇਨ। ਤੇ ਅੱਜ ਫਿਰ ਸਾਨੂੰ ਕੀ ਚਾਹੀਦਾ ਹੈ? ਖੁਦਾ ਕਹਿ ਰਿਹਾ ਕਿ ਤੂੰ ਮੇਰਾ ਮਕਦਸ ਹੈ, ਤੇ ਅਗਰ ਤੂੰ ਮੇਰੇ ਮਕਦਸ ਨੂੰ ਬਰਬਾਦ ਕਰੇਗਾ ਤਾਂ ਮੈਂ ਕੀ ਕਰਾਂਗਾ? ਮੈਂ ਤੈਨੂੰ ਬਰਬਾਦ ਕਰ ਦੇਵਾਂਗਾ। ਅਤੇ ਅੱਜ ਜਾਗ ਜਾਈਏ, ਅੱਜ ਇਹਨੂੰ ਬਰਬਾਦ ਕਰਨਾ ਬੰਦ ਕਰੀਏ। ਹੁਣ ਬਥੇਰਿਆਂ ਨੂੰ ਅੱਜ ਮਾਇੰਡ 'ਚ ਆਉਂਦਾ ਮੈਂ ਕਿਸ ਤਰ੍ਹਾਂ ਬਰਬਾਦ ਕਰ ਰਿਹਾ ਜਾਂ ਕਰ ਰਹੀ ਹਾਂ। ਅੱਜ ਅਸੀਂ ਕਰ ਰਹੇ ਹਾਂ ਬਰਬਾਦ, ਬਾਰ ਬਾਰ ਅਸੀਂ ਬਰਬਾਦ ਕਰ ਰਹੇ ਹਾਂ। ਹੁਣ ਅੱਜ ਅਸੀਂ ਕਲਾਮ ਵੀ ਸੁਣੀ ਜਾਂਦੇ ਹਾਂ ਤੇ ਸੂਟੇ ਵੀ ਲਾਈ ਜਾਂਦੇ ਹਾਂ, ਤੇ ਆਹ ਕੀ ਕਰ ਰਹੇ ਹਾਂ? ਉਹਨੂੰ ਸਵਾਰ ਰਹੇ ਹਾਂ, ਉਹਨੇ ਸਾਫ਼ ਕਿਹਾ ਕਿਸੇ ਦਾ ਦਰਦ ਪਦਾਰ ਨਹੀਂ ਹੈ। ਤੇ ਭਾਵੇਂ ਕੋਈ ਪਾਦਰੀ ਵੀ, ਅੱਜ ਕੱਲ੍ਹ ਤੇ ਪਾਦਰੀ ਵੀ ਬੜੇ, ਇੱਕ ਲਾਸਟ ਨਾਈਟ ਹੀ ਅਸੀਂ ਗੱਲ ਹੋ ਰਹੀ ਸੀ ਇੱਕ ਭਰਾ ਦੇ ਨਾਲ, ਤੇ ਕਹਿੰਦਾ ਸਿਸਟਰ ਜੀ ਮੇਰੀ ਮੁਲਾਕਾਤ ਇੱਕ ਪਾਸਟਰ ਦੇ ਨਾਲ ਹੋਈ ਤੇ ਦੁਬਈ ਦੇ ਵਿੱਚ ਹੈਗੇ, ਤੇ ਕਲਾਮ ਸੁਣਾ ਕੇ ਬਾਅਦ 'ਚ ਉਹਨਾਂ ਨੇ ਸੂਟਾਂ ਲਾ ਦਿੱਤੇ। ਮੈਂ ਕਿਹਾ ਪਾਸਟਰ ਜੀ ਇਹ ਕੀ ਹੋਇਆ? ਕਹਿੰਦਾ ਯਾਰ ਕੁਛ ਨਹੀਂ, ਉਹਦੀ ਸ਼ੁਗਲ ਮੇਲਾ, ਇਹ ਸ਼ੁਗਲ ਮੇਲੇ ਹੁੰਦੇ ਵੇ। ਤੇ ਜਦ ਜਦ ਸਿਖਾਉਣ ਵਾਲੇ ਆ ਕੰਮ ਕਰਨਗੇ ਤੇ ਸਿੱਖਣ ਵਾਲੇ ਕਿਉਂ ਨਾ ਕਰਨਗੇ? ਤੇ ਫਿਰ ਪਹਿਲਾਂ ਕੀ ਕਰਦੇ? ਉਹ ਵੇਖੋ ਤੇ ਖੁਦਾ ਦਾ ਖਾਦਮ ਹੈ, ਉਹ ਖਾਦਮ ਹੋ ਕੇ ਕਰਨਾ। ਤੇ ਮਤ ਭੁੱਲੋ ਕਿ ਖਾਦਮ ਦੀ ਪਕੜ ਜਿਹੜੀ ਹੋਣੀ ਹੈ ਉਹ ਤੁਹਾਡੀ ਸੋਚ 'ਚ ਵੀ ਨਹੀਂ ਹੈਗੀ। ਅੱਜ ਅਸੀਂ ਮਤ ਖਾਦਮਾਂ ਨੂੰ ਦੇਖੀਏ ਕਿ ਖਾਦਮ ਕੀ ਕਰ ਰਹੇ ਵੇ। ਅੱਜ ਅਗਰ ਅਸੀਂ ਦੇਖਣਾ ਤੇ ਅੱਜ ਸਾਨੂੰ ਜ਼ਰੂਰਤ ਹੈ ਕਿ ਅੱਜ ਅਸੀਂ ਦੇਖੀਏ ਕਿ ਸਾਨੂੰ ਬਾਈਬਲ ਦੇ ਮੁਤਾਬਿਕ ਕੀ ਕਰਨ ਦੀ ਲੋੜ ਹੈ। ਇੱਕ ਗੱਲ ਨੂੰ ਯਾਦ ਰੱਖੀਏ, ਨਾ ਤੇ ਖਾਦਮ ਤੁਹਾਨੂੰ ਬਚਾ ਸਕਦਾ ਤੇ ਨਾ ਤੁਸੀਂ ਖਾਦਮ ਨੂੰ ਬਚਾ ਸਕਦੇ। ਤੇ ਅਕਸਰ ਸਾਡੇ ਬਜ਼ੁਰਗ ਕਹਿੰਦੇ ਕਿ ਤੂੰ ਕਿਸੇ ਦੀ ਕਬਰੇ ਨਹੀਂ ਪੈਣਾ, ਹਾਂ ਕਿ ਨਾ? ਤੇ ਗੱਲ ਉਹੀ ਹੈ ਕਿ ਨਾ ਤੇ ਰੋਜ਼ੇ ਹਸ਼ਰ ਦੇ ਦੌਰਾਨ, ਰੋਜ਼ੇ ਹਸ਼ਰ ਦੇ ਦਿਨ ਨਾ ਤੇ ਮੇਰੀ ਜਗ੍ਹਾ ਕਿਸੇ ਨੇ ਖਲੋਣਾ ਤੇ ਨਾ ਹੀ ਮੈਂ ਤੁਹਾਡੀ ਜਗ੍ਹਾ ਤੇ ਖਲੋਣਾ। ਹਰ ਇੱਕ ਨੇ ਆਪੋ ਆਪਣੀ ਵਾਰੀ ਤੇ ਆਪਣੀ ਆਪਣੀ ਜਗ੍ਹਾ ਤੇ ਖਲੋਣਾ ਵੇ। ਹਾਲੇਲੂਇਆ। ਅੱਜ ਬੜੇ ਅਸੀਂ ਦੇਖਦੇ ਆਪਣੇ ਨੌਜਵਾਨ ਯੰਗ ਭਰਾਵਾਂ ਨੂੰ ਲੰਬੇ ਲੰਬੇ ਵਾਲ ਰੱਖ ਕੇ ਕਹਿੰਦੇ, ਪੁੱਛਿਆ ਜਾਂਦਾ ਹੈ ਕਿ ਜੀ ਨਾਈ ਨਹੀਂ ਹੈਗਾ ਤੁਹਾਡੇ ਇਲਾਕੇ 'ਚ? ਨਹੀਂ ਜੀ, ਯਸੂ ਵਾਲਾ ਸਟਾਈਲ ਰੱਖਿਆ। ਆਪਣੀ ਗੱਲ ਤੇ ਗੌਰ ਤੇ ਕਰੋ। ਤੁਸੀਂ ਇਹ ਕਹਿ ਦਿੰਦੇ ਯਸੂ ਵਾਲਾ ਸਟਾਈਲ ਰੱਖਿਆ, ਪਰ ਯਸੂ ਦੀ ਤਰ੍ਹਾਂ ਬਣ ਕੇ ਤੇ ਵਹਾਓ। ਉਸ ਪਾਕ ਜ਼ਾਤ ਦਾ ਨਾਂ ਫਟਾਫਟ ਲੈ ਲੈਂਦੇ ਹੋ ਤੇ ਉਹਦੇ ਵਰਗੇ ਅਗਰ ਸਾਡੇ ਕੰਮ ਦੇਖੀਏ ਤੇ ਕੰਮ ਯਸੂ ਵਰਗੇ ਸਾਡੇ ਕਿੰਨਿਆਂ ਦੇ ਕੰਮ ਯਸੂ ਵਰਗੇ? ਫਿਰ ਠੀਕ ਰੱਖੋ ਸਾਰੇ ਉਹ ਸਟਾਈਲ, ਫਿਰ ਅਸੀਂ ਸਾਰੇ ਰੱਖਦੇ ਹਾਂ। ਤੇ ਬਾਈਬਲ ਦੱਸਦੀ ਹੈ ਪਹਿਲੇ ਗ੍ਰੰਥੀ ਦੇ 11ਵੇਂ ਬਾਬ 'ਚ ਲਿਖਿਆ ਕਿ ਮਰਦ ਲਈ ਕੀ ਹੈ? ਲੰਬੇ ਵਾਲ ਰੱਖੇ ਤੇ ਕੀ ਕਰੇ? ਪਹਿਲਾਂ ਤੁਸੀਂ ਦੱਸ ਦਿਓ, ਕਿਉਂਕਿ ਸਾਡੇ ਭਰਾ ਕਦੀ ਕਦੀ ਭੁੱਲ ਜਾਂਦੇ ਵੇ। ਦੂਸਰਾ ਵੀ ਪੜ੍ਹੀਏ, ਇੱਕ ਹੋਰ ਪੜ੍ਹੀਏ ਪਲੀਜ਼। ਪਹਿਲੇ ਗ੍ਰੰਥੀਓ ਮੇਂ ਸੇ 14 ਬਾਬ ਮੇਂ ਸੇ ਪੜ੍ਹੀਏ ਪਲੀਜ਼। ਇਸਕੋ ਜੰਗ ਕਾ ਖਾੜਾ ਬਣਾਨੇ ਕਾ ਹਮਾਰਾ ਤਾਂ ਕੋਈ ਵੀ ਨਹੀਂ ਥਾ ਮਾਇੰਡ। ਕਹਿੰਦੇ ਵਾਕੇ ਕਲਾਮ ਲੱਗਦਾ ਜੋ, ਅੱਜ ਮੈਂ ਅੱਖਾਂ ਨਾਲ ਵੇਖੇ ਤਾਂ ਕਲਾਮ ਲੱਗਦਾ ਜੋ। ਆਮੀਨ। ਕਹਿੰਦੇ ਯਸੂ ਅੱਜ ਦਾ ਕਲਾਮ ਮੇਰੇ ਲਈ ਹੋਵੇ, ਤੇ ਜਦੋਂ ਅੱਜ ਦਾ ਕਲਾਮ ਕਰ ਦਿੰਦਾ ਵੀ ਅੱਜ ਦਾ ਕਲਾਮ ਮੇਰੇ ਲਈ ਹੈ, ਫਿਰ ਅਸੀਂ ਕੀ ਕਰਨੇ ਆ? ਅਸੀਂ ਉੱਠ ਮੰਨਨੇ ਆ ਕਿ ਅੱਜ ਦਾ ਕਲਾਮ ਮੇਰੇ ਲਈ ਕਿਉਂ ਹੋ ਗਿਆ। ਤੇ ਜਿਹੜੀਆਂ ਆਇਤਾਂ 2 ਪੜੀਆਂ ਜਾਣ ਵਾਲੀਆਂ, ਜਦੋਂ ਅਗਰ ਇੱਦਾਂ ਦੀ ਮੈਂ ਤਫਸੀਰ ਕਰ ਦਿੱਤੀ ਤੇ ਮੈਨੂੰ ਯਾਰ ਸ਼ਾਇਦ ਹੋਰ 10 ਮਿੰਟ ਤੁਹਾਡੇ ਲੈ ਲੈਣੇ ਪੈਣਗੇ। ਅਗਰ ਮੈਂ ਪੰਜਾਬੀ 'ਚ ਕਲਾਮ ਸੁਣਾ ਰਹੀ ਹਾਂ ਤਾਂ ਮਤਲਬ ਇਹ ਨਹੀਂ ਕਿ ਮੈਂ ਸੁਧੀ ਭਾਈ ਉੱਠ ਕੇ ਆ ਗਈ। ਆਈ ਐਮ ਗ੍ਰੈਜੂਏਟਿਡ ਐਂਡ ਹਾਈਲੀ ਸਰਟੀਫਾਈਡ ਫਰੋਮ ਆ ਕੁਆਲੀਫਾਈਡ ਸਰਟੀਫਿਕੇਟ ਸੈਮੀਨਰੀ। ਤੇ ਅਗਰ ਮੈਂ ਅੱਜ ਪੰਜਾਬੀ 'ਚ ਸੁਣਾ ਰਹੀ ਹਾਂ ਤਾਂ ਸਿਰਫ ਯਸੂ ਦੇ ਲੋਕਾਂ ਲਈ, ਔਰ ਕਿਸੇ ਲਈ ਨਹੀਂ, ਔਰ ਕਿਸੇ ਲਈ ਨਹੀਂ। ਹਾਲੇਲੂਇਆ, ਪ੍ਰੇਜ਼ ਗੋਡ, ਹਾਲੇਲੂਇਆ। ਪੁਰਸ਼ੋ ਤੁਸੀਂ ਕਿੱਥੋਂ ਹੋਗੇ ਦੱਸੋ ਜਰਾ? ਔਰਤਾਂ ਹਟਾ ਦੋ ਤੇ ਆਪੇ ਪੈਦਾ ਹੋ ਜਾਓ, ਹੋ ਜਾਓਗੇ? ਅਗਰ ਹੋ ਸਕਦਾ ਤਾਂ ਠੀਕ ਹੈ। ਅੱਜ ਮਾਵਾਂ ਭੈਣਾਂ ਨੂੰ ਨਚਾਉਂਦੇ ਆ, ਸਾਨੂੰ ਸ਼ਰਮ ਨਹੀਂ ਆਉਂਦੀ, ਤੇ ਮਾਵਾਂ ਭੈਣਾਂ ਮਾਈਕ ਫੜ ਕੇ ਯਸੂ ਦਾ ਪ੍ਰਚਾਰ ਕਰਨ ਤੇ ਫਿਰ ਸਾਨੂੰ ਸ਼ਰਮ ਆਉਂਦੀ ਹੈ। ਅੱਜ ਸ਼ਰਮ ਸਾਡੀ ਸੱਚ ਦੇਵੇ, ਅੱਜ ਸ਼ਰਮ ਆਉਣੀ ਚਾਹੀਦੀ ਹੈ ਉਹਨੂੰ ਜਿਹੜਾ ਸਾਡੀ ਮਸੀਹ ਕੌਮ ਦੀਆਂ ਮਾਵਾਂ ਭੈਣਾਂ ਕੋਠਿਆਂ ਤੇ ਮੁਜਰੇ ਕਰਦੀਆਂ ਵੇ। ਉਹਨਾਂ ਨੂੰ ਬਚਾਉਣ ਦੀ ਅਸੀਂ ਕੁਛ ਨਹੀਂ ਕਰਦੇ, ਤੇ ਅਗਰ ਇੱਕ ਮਾਂ ਜਾਂ ਭੈਣ ਅੱਗੇ ਆ ਕੇ ਮੁਨਾਦੀ ਕਰਦੀ ਹੈ ਤੇ ਫਿਰ ਅੱਜ ਦੀਆਂ ਆਇਤਾਂ ਖੋਲਦੀਆਂ, ਇਹ ਦੋਵੇਂ ਆਇਤਾਂ ਦਾ ਲੱਬੇ ਲਬਾਬ ਤੇ ਤਸ਼ਰੀ ਤੇ ਤਫਸੀਰ ਬਿਲਕੁਲ ਔਰ ਹੈ। ਲੇਕਿਨ ਮੈਨੂੰ ਅੱਜ ਪਤਾ ਸੀ ਇੱਥੇ ਇਹ ਕੰਮ ਹੋਣਾ ਵੇ,
ਗੱਲਾਂ ਨੂੰ ਦੱਸਦੀ ਚਲਾ ਜਿਹੜਾ ਪਹਿਲੇ ਕਰਤੀਆਂ 14ਵੇਂ ਬਾਅਦ ਦੀ 36ਵੀਂ ਤੇ 37ਵੀਂ ਵਰਸ ਹੈਗੀ ਹੈ ਉੱਥੇ ਲਿਖਿਆ ਹੋਇਆ ਹੈ ਕਿ ਉਹ ਔਰਤਾਂ ਸ਼ਾਦੀ ਸ਼ੁਦਾ ਹੁੰਦਿਆਂ ਜਦੋਂ ਪੱਲੂਸ ਰਸੂਲ ਦੇ ਨਾਲ ਸਵਾਲ ਜਵਾਬ ਮਜਮਾ ਤੇ ਕਰਦੀ ਤਾਂ ਸ਼ਾਦੀ ਦੇ ਪ੍ਰਾਈਵੇਟ ਮਾਮਲਿਆਂ ਤੇ ਕਰਦੀਆਂ ਸੀ ਗੱਲਾਂ ਤੇ ਇਸ ਲਈ ਪੜੂਸ ਕਹਿੰਦਾ ਸੀ ਮੇਰੇ ਕੋਲੋਂ ਪੁੱਛੋ ਮੈਂ ਤੁਹਾਡੇ ਮਰਦਾਂ ਨੂੰ ਸਮਝਾ ਲਿਆ ਕਰ ਜਾ ਕੇ ਉਹਨਾਂ ਤੋਂ ਸਮਝ ਲੈਣਾ ਕਿਉਂਕਿ ਕਲੀਸੀਆ ਦੇ ਵਿੱਚ ਛੋਟੀਆਂ ਬੱਚੀਆਂ ਵੀ ਆ ਅਨਮੈਰਿਡ ਲੜਕੀਆਂ ਵੀ ਤੇ ਤੁਹਾਡਾ ਬੋਲਣਾ ਇਸ ਤਰ੍ਹਾਂ ਦੇ ਸਵਾਲ ਕਰਨਾ ਸ਼ਰਮ ਦਾ ਬਾਈ ਸੀ ਹਾਲੇਲੂਇਆ ਸਮਝ ਆਈ ਕਿ ਨਹੀਂ ਕਿ ਜੇ ਆ ਨਹੀਂ ਲਿਖਿਆ ਕਿ ਔਰਤਾਂ ਪ੍ਰਚਾਰ ਕਰਨਾ ਸ਼ਰਮ ਦੀ ਗੱਲ ਹੈ ਅਗਰ ਔਰਤਾਂ ਪ੍ਰਚਾਰ ਕਰਨਾ ਸ਼ਰਮ ਦੀ ਗੱਲ ਹੈ ਤਾਂ ਫਿਰ ਕਿਉਂ ਮੂਸਾ ਦੀ ਭੈਣ ਮਰੀਮ ਗਾਂਧੀ ਹੋਈ ਦਫਾ ਦੇ ਨਾਲ ਪ੍ਰਚਾਰ ਕਰਦੀ ਹੈ ਕਲੀਸੀਆ ਪਿੱਛੇ ਲੋਕ ਪਿੱਛੇ ਕੌਮ ਪਿੱਛੇ ਤੇ ਔਰਤਾਂ ਕਿਵੇਂ ਯਾਦ ਰੱਖੋ ਅਗਰ ਔਰਤ ਨਹੀਂ ਤੇ ਮਰਦ ਵੀ ਨਹੀਂ ਕਿਉਂਕਿ ਖੁਦਾ ਨੇ ਕਿਸੇ ਨੂੰ ਕੰਮਦਾਰ ਨਹੀਂ ਬਣਾਇਆ ਬਲਕਿ ਦੋਨਾਂ ਨੂੰ ਬਰਾਬਰ ਦਾ ਇਖਤਿਆਰ ਤੇ ਰੁਤਬਾ ਦੇ ਕੇ ਪੈਦਾ ਕੀਤਾ ਹਾਲੇਲੂਇਆ ਸਾਡੇ ਪਿੱਛੇ ਆਵੇਗੀ ਤੇ ਅਗਰ ਅਸੀਂ ਅੱਜ ਖੁਦਾ ਦਾ ਵੀ ਨਾਂ ਲੈ ਰਹੇ ਹਾਂ ਕਲਾਮ ਸੁਣਾ ਵੀ ਰਹੇ ਹਾਂ ਸੁਣ ਵੀ ਰਹੇ ਹਾਂ ਪ੍ਰੇਅਰ ਵੀ ਕਰ ਰਹੇ ਹਾਂ ਲੇਕਿਨ ਸਾਡੀ ਜ਼ਿੰਦਗੀ ਚ ਹਈਏ ਅਗਰ ਗੁਨਾਹ ਨਹੀਂ ਗਿਆ ਤੇ ਇਹਦਾ ਮਤਲਬ ਅਸੀਂ ਖੁਦਾ ਦੇ ਮਕਦਸ ਨੂੰ ਬਰਬਾਦ ਕਰ ਰਹੇ ਹਾਂ ਤੇ ਜਿਹੜਾ ਖੁਦਾ ਦੇ ਮਕਦਸ ਨੂੰ ਬਰਬਾਦ ਕਰੇਗਾ ਖੁਦਾ ਉਹਨੂੰ ਬਰਬਾਦ ਕਰ ਲਏਗਾ ਹਾਲੇਲੂਇਆ ਪ੍ਰੇਜ਼ ਗਾ ਸਿਆ ਮੇਰੀ ਅਜ਼ੀਜ਼ੋ ਅੱਜ ਜਿੰਨੇ ਜਾਣਦੇ ਵੇ ਕਿ ਅੱਜ ਅਸੀਂ ਆਪਣੇ ਆਪ ਨੂੰ ਤਿਆਰ ਕਰੀਏ ਰੈਡੀ ਕਰੀਏ ਖੁਦਾ ਦੇ ਮਕਦਸ ਦੇ ਤੌਰ ਤੇ ਮੌਕਾ ਕਿ ਆਪਣੇ ਕਦਮਾਂ ਤੇ ਖੜੇ ਹੋਏ ਰੇ ਬਹਾਰਾ ਸ਼ਿੰਥਾ ਨਾਲ